ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਕੁਕਿੰਗ ਇਨ ਦੇਸੀ ਸਟਾਈਲ ਮੈਂ ਅੱਜ ਤੁਹਾਡੇ ਲਈ ਪਲਾਉ ਦੀ ਰੈਸਪੀ ਲੈ ਕੇ ਆਈ ਆ ਤੇ ਤੁਹਾਨੂੰ ਸ਼ੇਅਰ ਕਰਾਂਗੀ ਮੈਂ ਸਭ ਤੋਂ ਪਹਿਲਾਂ 250 ਗ੍ਰਾਮ ਚਾਵਲ ਲੈ ਲਿਆ ਤੇ ਉਹਨਾਂ ਨੂੰ ਪਾਣੀ 'ਚ ਡਿਪ ਕਰ ਲਿਆ ਤੇ 5-7 ਮਿੰਟ ਇਹਨੂੰ ਡਿਪ ਰਹਿਣ ਦਿਓ ਕਿਉਂਕਿ ਜਿਹੜਾ स्टार्च ਵਗੈਰਾ ਹੋਊਗਾ ਨਿਕਲ ਜਾਊਗਾ ਇਹ ਜਿਹੜਾ ਵਾਈਟ ਤੇ ਕਲਰ ਡਾਰਕ ਕਲਰ ਹੁੰਦਾ ਤੇ ਇਹਨੂੰ ਸਾਫ ਪਾਣੀ ਨਾਲ ਵਾਸ਼ ਕਰ ਲਾਂਗੇ ਬਾਅਦ 'ਚ ਫਿਰ ਆਪਾਂ ਇੱਕ ਕੜਾਈ ਲਈਏ ਕੜਾਈ ਦੇ ਵਿੱਚ ਆਪਾਂ ਆਇਲ ਪਾ ਲਿਆ ਥੋੜਾ ਜਿਹਾ ਤੇオイル ਮਤਲਬ ਆਪਦੀ ਕੁਆਂਟੀਟੀ ਦੇ ਹਿਸਾਬ ਨਾਲ ਪਾਲੋ ਕਈ ਵਾਰ ਮਤਲਬ ਜੇ ਤੁਸੀਂ ਜਿਆਦਾ ਲਾਈ ਕਰਦੇ ਹੋ ਤੇオイル ਪਾ ਕੇ ਥੋੜਾ ਜਿਹਾ ਗਰਮ ਹੋਣ ਦਿਓ ਤੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਬੇਲੀ ਪਾਉਣੇ ਆ ਤੇ ਉਹਨੂੰ ਮਤਲਬ ਜਿਵੇਂ ਗਰਮオイル ਦੇ ਵਿੱਚ ਤੇ ਕਾਲੀਆਂ ਮਿਰਚਾਂ ਪਾਤੀਆਂ ਤਿੰਨ ਚਾਰ ਤੇ ਜਿਹੜੀ ਵੱਡੀ ਇਲਾਚੀ ਹੁੰਦੀ ਹੈ ਇਹ ਪਾਤੀ ਹੈ ਇਹਦੇ ਵਿੱਚ ਤੇ ਉਸ ਤੋਂ ਬਾਅਦ ਜੀਰਾ ਪਾਤਾ ਇਨੂੰ ਥੋੜਾ ਜਿਹਾ ਇਹਨੂੰ ਆਪਾਂ ਇਦਾਂ ਹੀ ਫਰਾਈ ਕਰਨਾ ਤੇ ਇਹਨੂੰ ਆਇਲ ਦੇ ਵਿੱਚ ਜਦੋਂ ਡਾਰਕ ਬ੍ਰਾਊਨ ਕਲਰ ਦਾ ਹੋ ਗਿਆ ਤੇ ਇੱਕ ਦੋ ਲੌਂਗ ਵੀ ਪਾ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਜਦੋਂ ਚਿਲੀ ਫਲੈਕਸ ਪਾ ਦਦੇ ਨੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਗਰਮ ਥੋੜਾ ਜਿਹਾ ਰੋਸਟ ਹੋ ਕੇ ਨਾ ਜਦੋਂ ਜਾਨਕੀ ਫਰਾਈਜ ਹੋ ਜਾਊਗਾ ਇਹ ਤੇ ਉਸ ਤੋਂ ਬਾਅਦ ਮੈਂ ਵੈਜੀਟੇਬਲ ਲਈਆਂ ਵਾ ਮਟਰ ਸੀ ਗਾਜਰਾ ਤੇ ਆਲੂ ਪਿਆਜ਼ ਤੇ ਗੋਭੀ ਇਹ ਵਿੱਚ ਆਪਾਂ ਸ਼ਿਮਲਾ ਮਿਰਚ ਵੀ ਐਡ ਕਰ ਸਕਦੇ ਹਾਂ ਜੇ ਅਵੇਲੇਬਲ ਹੈ ਤਾਂ ਮਤਲਬ ਸਬਜ਼ੀਆਂ ਦਾ ਜਿਹੜੀਆਂ ਵੀ ਆਪਣੇ ਕੋਲ ਘਰੇ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਆਪਾਂ ਪਲਾਉ ਵਿੱਚ ਤੇ ਇਹਦੇ ਨਾਲ ਮਤਲਬ ਬਹੁਤ ਵਧੀਆ ਟੇਸਟ ਆਉਂਦਾ ਤੇ ਥੋੜਾ ਜਿਹਾ ਜਦੋਂ ਪਿਆਜ਼ ਸਭ ਤੋਂ ਪਹਿਲਾਂ ਪਾਏ ਆ ਤੇ ਇਹਨੂੰ ਬ੍ਰਾਊਨ ਜਿਹਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਵੈਜੀਟੇਬਲ ਕੱਟੀਆਂ ਸੀਗੀਆਂ ਆ ਆਲੂ ਗਾਜਰਾ ਤੇ ਗੋਭੀ ਇਹ ਆਪਾਂ ਇਹਦੇ ਵਿੱਚ ਐਡ ਕਰਨੇ ਆ ਤੇ ਇਹਨੂੰ ਥੋੜਾ ਜਿਹਾ ਫਿਰ ਹੁਣ ਭੁੰਨਣਾ ਆਪਾਂ ਇਹਨੂੰ ਇਹ ਇਹਦੇ ਨਾਲ ਸਾਰੀਆਂ ਸਬਜ਼ੀਆਂ ਜਿਹੜੀਆਂ ਵਾਂ ਤੇ ਉਹ ਔਰ ਮਤਲਬ ਵਧੀਆ ਹੋ ਜਾਣਗੀਆਂ ਸੌਫਟ ਹੋ ਜਾਣਗੀਆਂ ਇਹ ਸਾਰੀਆਂ ਸਬਜ਼ੀਆਂ ਪਾਉਣ ਦੇ ਨਾਲ ਹੀ ਥੋੜਾ ਜਿਹਾ ਇੱਕ ਨਮਕ ਐਡ ਕਰਤਾ ਆਪਾਂ ਇਹਦੇ ਵਿੱਚ ਤੇ ਨਮਕ ਐਡ ਕਰਨ ਨਾਲ ਥੋੜਾ ਜਿਹਾ ਟੇਸਟ ਵੀ ਵਧੀਆ ਹੋਊਗਾ ਤਾਂ ਉਹ ਵੀ ਫੁੱਕਾ ਬਣ ਜਾ ਹੁੰਦਾ ਉਹ ਸਾਰਾ ਮਤਲਬ ਵਧੀਆ ਟੇਸਟ ਆਉਂਦਾ ਇਹਦੇ ਨਾਲ ਅਬਜ਼orb ਕਰ ਲੈਂਦੀਆਂ ਨੇ ਜਿਹੜੀਆਂ ਵੈਜੀਟੇਬਲ ਹੁੰਦੀਆਂ ਨੇ ਸਬਜ਼ੀਆਂ ਤੇ ਆਪਾਂ ਇਹਨੂੰ ਥੋੜਾ ਪਾ ਕੇ ਭੁੰਨਣਾ ਹੈ ਇਹਨਾਂ ਨੂੰ ਤੇ ਸੌਫਟ ਹੋ ਜਾਣਗੀਆਂ ਤੇ ਨਾਲੇ ਵਧੀਆ ਥੋੜਾ ਕਲਰ ਜਿਹਾ ਆ ਜਾਊਗਾ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਜਦੋਂ ਸਾਰੀਆਂ ਸਬਜ਼ੀਆਂ ਵਿੱਚ ਆਇਲ ਦੇ ਐਡ ਕਰ ਲਈਆਂ ਤੇ ਇਹਨੂੰ ਥੋੜਾ ਜਿਹਾ ਢੱਕ ਦਿਓ 5 ਕੁ ਮਿੰਟ ਇਨੂੰ ਆਪਾਂ ਉੱਪਰੋਂ ਲਿਡ ਦੇ ਦਿੱਤਾ ਆਪਾਂ ਕੜਾਈ ਨੂੰ ਢੱਕਤਾ ਤੇ ਇਹਦੇ ਨਾਲ ਹੁਣ ਸਬਜ਼ੀਆਂ ਮਤਲਬ ਸੌਫਟ ਹੋਣੀ ਸ਼ੁਰੂ ਹੋ ਗਈਆਂ ਤਾਂ ਫਿਰ ਆਪਾਂ ਰੈੱਡ ਚਿੱਲੀ ਵੀ ਇਹ ਚ ਪਾ ਸਕਦੇ ਆ ਤੇ ਤੁਸੀਂ ਹਲਦੀ ਵੀ ਪਾ ਸਕਦੇ ਹੋ ਇਹਦੇ ਚ ਉਹ ਤੁਹਾਡੀ ਆਪ ਦੀ ਚੁਆਇਸ ਆ ਕਈ ਵਾਰ ਤੁਸੀਂ ਮਤਲਬ ਆਪਦੀ ਚੁਆਇਸ ਹੁੰਦੀ ਹੈ ਕਿ ਵਾਈਟ ਜਿਹੀ ਰੱਖੋ ਤੇ ਇਹਦੇ ਚ ਕਸੂਰੀ ਮੇਥੀ ਵੀ ਐਡ ਕਰਤੀ ਆ ਵੀ ਮਤਲਬ ਜੇ ਹਲਦੀ ਤੇ ਰੈੱਡ ਚਿਲੀ ਪਾਵਾਂਗੇ ਤਾਂ ਕਲਰ ਚੇਂਜ ਹੋ ਜਾਂਦਾ ਤੇ ਉਹ ਜਿਹੜੇ ਵਾਈਟ ਚੌਲ ਰਹਿੰਦੇ ਜੇ ਆਪਾਂ ਇਹ ਚਾ ਨਹੀਂ ਪਾਉਂਦੇ ਤੇ ਆਪਾਂ 10 ਮਿੰਟ ਇਦਾਂ ਕਰਕੇ ਤੇ ਇਹਦੇ ਚ ਪਾਣੀ 1.5 ਗਲਾਸ ਵੱਡਾ ਮੈਂ ਐਡ ਕਰਤਾ ਤੇ ਇਹ ਹੁਣ ਤੁਸੀਂ ਇਹ ਦੇਖ ਲਓ ਜੇ ਤੁਸੀਂ ਥੋੜਾ ਜਿਹਾ ਡ్రਾਈ ਰੱਖਣੇ ਆ ਚਾਵਲ ਜਿਮੀ ਖੇਲ ਨੂੰ ਬੰਦੇ ਆ ਤਾਂ ਉਹ ਥੋੜਾ ਜਿਹਾ ਪਾਣੀ ਘੱਟ ਐਡ ਕਰੋ ਫਿਰ ਇੱਕ ਵਟਾ ਗਲਾਸੀ ਇਹਦੇ ਚ ਪਾਉਣਾ ਵਾ ਤੇ ਉਹ ਤੁਹਾਡੀ ਆਪ ਦੀ ਚੋਇਸ ਦੇ ਅਕੋਰਡਿੰਗ ਆ ਹੁਣ ਪਾਣੀ ਪਾਤਾ ਥੋੜਾ ਜਿਹਾ ਪਾਣੀ ਨੂੰ ਬਲ ਆ ਗਿਆ ਸੀਗਾ ਤੇ ਇਹਦੇ ਚ ਆਪਾਂ ਚਾਵਲ ਐਡ ਕਰਤੇ ਆ ਚਾਵਲ ਐਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਹਿਲਾਓ ਤੇ ਇਹਦੇ ਵਿੱਚ ਸਾਰਾ ਨਾਲੇ ਜੋ ਵੀ ਮਸਾਲੇ ਪਾਏ ਆਪਾਂ ਤੇ ਉਹ ਐਡ ਹੋ ਜਾਣਗੇ ਤੇ ਉਸ ਤੋਂ ਬਾਅਦ ਜਿਹੜੀਆਂ ਸਬਜ਼ੀਆਂ ਤਾਂ ਆਲਰੇਡੀ ਪਹਿਲਾਂ ਹੀ ਸੌਫਟ ਹੋ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਇਹਨੂੰ ਚੰਗੀ ਤਰ੍ਹਾਂ ਮਤਲਬ ਵੀ ਹਿਲਾਉਂਦੇ ਰਹੋ ਤੇ ਸਾਰਾ ਕੁਝ ਮਿਕਸ ਹੋਣ ਦੇ ਬਾਅਦ ਵਿੱਚ ਫਿਰ ਤੁਸੀਂ ਆਪਾਂ ਇਹਦੇ ਤੇ ਆਪਾਂ ਲਿਡ ਦੇ ਦੇਣਾ ਵਾ ਇਹ ਟੁੱਟਾਕ ਦੋ ਤੇ ਉਸ ਤੋਂ 10 ਮਿੰਟ ਬਾਅਦ ਫੇਰ ਦੇਖੋ ਜੇ ਮਤਲਬ ਪਿੰਚ ਕਰਕੇ ਵੇਖ ਲਓ ਆਲੂ ਆ ਜਿਹੜੀਆਂ ਵੈਜੀਟੇਬਲ ਜੀਆਂ ਤੇ ਆ ਜਿਹੜੇ ਪਿਆ ਆਪਣੇ ਹੈਗੇ ਚਾਵਲ ਇਹ ਮਤਲਬ ਵੀ ਵਧੀਆ ਬਣ ਗਏ ਕਿ ਨਹੀਂ ਸੌਫਟ ਹੋ ਗਏ ਆ ਤੇ ਪਿੰਚ ਕਰਕੇ ਪਤਾ ਚੱਲੂਗਾ ਇਹਨੂੰ ਜਾਂ ਚਮਚ ਵਗੈਰਾ ਨਾਲ ਦੇਖ ਲਓ ਤੇ ਉਸ ਤੋਂ ਬਾਅਦ ਫਿਰ ਜਿਹੜਾ ਗ੍ਰੀਨ ਕੋਰੀਂਡਰ ਕੀਤਾ ਸੀਗਾ ਮੈਂ ਕੱਟਿਆ ਹੋਇਆ ਸੀਗਾ ਉੱਪਰ ਪਾ ਦਿੱਤਾ ਬਣ ਗਈ ਆਲਰੇਡੀ ਪਲਾਉ ਰੈਡੀ ਹੈ ਤੁਸੀਂ ਵੀ ਇਹ ਰੈਸਪੀ ਜ਼ਰੂਰ ਟਰਾਈ ਕਰੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੈਨੂੰ ਦੱਸਿਓ ਤੁਸੀਂ ਵੀ ਇਹ ਜਿਹੜੀ ਰੈਸਪੀ ਸੀ ਕਿੱਦਾਂ ਦੀ ਬਣੀ ਤੇ ਇੰਜੋਏ ਕਰੋ ਹੁਣ ਅਸੀਂ ਰੈਡੀ ਹੈ ਖਾਣ ਵਾਸਤੇ ਓਕੇ ਬਾਏ ਥੈਂਕ ਯੂ ਬਾਏ ਬਾਏ